ਉਹ ਮੈਨੂੰ ਕਹਿੰਦੇ ਵੀ ਤੂੰ ਦੀਵਾਲੀ ਨੂੰ ਆ ਜਾ। ਮੈਂ ਕਿਹਾ ਬੇਟਾ ਮੈਂ ਦੀਵਾਲੀ ਤੋਂ ਕੋਲ ਨੂੰ ਨਹੀਂ ਆਉਣਾ, ਤੁਸੀਂ ਆਪਦੀ ਦੀਵਾਲੀ ਆਪ ਮਨਾ ਲਓ, ਮੈਂ ਤਾਂ ਦੀਵਾਲੀ ਇੱਥੇ ਹੀ ਮਨਾਊਂਗਾ। ਕੱਲ੍ਹ ਨੂੰ ਮੇਰੇ ਬੱਚੇ ਇਹ ਨਾ ਕਹਿਣ ਸਾਡੇ ਬਜ਼ੁਰਗਾਂ ਨੇ ਸਾਡੀ ਖਾਤਰ ਕੀ ਕੀਤਾ, ਸਾਡੀਆਂ ਜ਼ਮੀਨਾਂ ਵੀ ਗਿਰਵੀ ਕਰਤੀਆਂ। ਮੇਰਾ ਨਾਂ ਨਛੱਤਰ ਸਿੰਘ, ਪਰ ਇੱਥੇ ਬੱਚਿਆਂ ਨੇ ਮੇਰਾ ਬਾਪੂ ਨਾਂ ਰੱਖ ਕੇ ਬਾਪੂ ਨਛੱਤਰ ਸਿੰਘ ਗਰੇਵਾਲ, ਪਿੰਡ ਬੁਰਜ ਹਰੀ ਸਿੰਘ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਰਾਏ। ਤੁਹਾਡਾ ਰਾਬਤਾ ਕਿਵੇਂ ਹੁੰਦਾ ਜਿਹੜੇ ਤੁਹਾਡੇ ਬੇਟੇ ਹੈਗੇ ਨੇ? ਹਾਂਜੀ ਹਾਂਜੀ, ਤੁਹਾਡੇ ਬੇਬੇ ਹੈ, ਉਹਦੇ ਨਾਲ ਤੁਹਾਡਾ ਫੋਨ 'ਤੇ ਕਿਵੇਂ ਰਾਬਤਾ? ਉੱਥੇ ਰਾਬਤਾ ਹੁੰਦਾ ਮੇਰਾ, ਮੇਰਾ ਫੋਨ ਹੈਗਾ, ਮੈਨੂੰ ਲਾ ਦਿੰਦੇ ਆ ਮੁੰਡੇ, ਉਹ ਲਾ ਕੇ ਮੈਂ ਗੱਲ ਕਰ ਲੈਂਦਾ ਬਈ ਹਾਂ ਕਰ ਕਿਵੇਂ ਆ ਭਾਈ ਦੱਸੋ। ਉਹ ਮੈਨੂੰ ਕਹਿੰਦੇ ਵੀ ਤੂੰ ਦੀਵਾਲੀ ਨੂੰ ਆ ਜਾ। ਮੈਂ ਕਿਹਾ ਬੇਟਾ ਮੈਂ ਦੀਵਾਲੀ ਤੋਂ ਕੋਲ ਨੂੰ ਨਹੀਂ ਆਉਣਾ, ਤੁਸੀਂ ਆਪਦੀ ਦੀਵਾਲੀ ਆਪ ਮਨਾ ਲਓ, ਮੈਂ ਤਾਂ ਦੀਵਾਲੀ ਇੱਥੇ ਹੀ ਮਨਾਊਂਗਾ। ਅਤੇ ਬੇਬੇ ਕੀ ਕਹਿੰਦੀ ਹੈ? ਹਾਂ ਉਹ ਕਹਿੰਦੇ ਠੀਕ ਆ, ਉਹਨੇ ਕਿਹਾ ਸੀ ਕਹਿੰਦੇ ਤੂੰ ਦੀਵਾਲੀ ਨੂੰ ਆ ਸਕਦਾ ਆ ਜਾ। ਮੈਂ ਕਿਹਾ ਨਹੀਂ ਮੈਂ ਨਹੀਂ ਆ ਸਕਦਾ, ਜੇ ਮੈਂ ਆ ਗਿਆ ਮੇਰੀ ਕੀਤੀ ਕਰਾਈ ਇੱਥੇ ਖੂਹ 'ਚ ਪੈ ਜਾਣੀ ਆ। ਮੈਂ ਰੋਜ਼ ਸਟੇਜ 'ਤੇ ਜਾ ਕੇ ਆਪਦਾ ਬੂਥਾ ਦਿਖਾਉਣਾ, ਆਪਦੀ ਸ਼ਕਲ ਦਿਖਾਉਣਾ। ਦੁਖੀ ਹੋਇਆ ਕਿਉਂਕਿ ਲੋਕ ਇਹ ਸਮਝਣ ਵੀ ਬਾਪੂ ਇੱਥੇ ਹੀ ਆ, ਗਿਆ ਨਹੀਂ, ਮਰਿਆ ਨਹੀਂ, ਖਪਿਆ ਨਹੀਂ, ਇੱਥੇ ਹੀ ਆ, ਬੱਚਿਆਂ ਨੂੰ ਕਾਇਮ ਕਰਦਾ, ਬੱਚਿਆਂ ਨੂੰ ਤਾਕਤ ਦਿੰਦਾ ਬੋਲ ਬੋਲ ਕੇ। ਮੈਂ ਲੋਕਾਂ ਨੂੰ ਇਹੀ ਦਿਨ ਆਪਦਾ ਸ਼ਕਲ ਦਿਖਾਉਣ ਜਾਂਦਾ ਉਹਨਾਂ ਸਟੇਜ ਦੇ ਉੱਤੇ, ਪਰ ਮੈਂ ਇੱਥੇ ਡਟਿਆ, ਮੇਰੇ 'ਤੇ ਪਰਮਾਤਮਾ ਦੀ ਕਿਰਪਾ, ਮੈਂ ਜਾਊਂਗਾ ਨਹੀਂ। ਪਰਿਵਾਰ ਤਾਂ ਤੁਹਾਡਾ ਵੀ ਹੈਗਾ, ਹਰ ਇੱਕ ਅੰਦੋਲਨ ਲੰਬਾ ਹੈ, ਕੰਮਕਾਜ ਵੀ ਹੈਗਾ। ਹੈਗਾ ਪਰ ਮੈਂ ਜਾਊਂਗਾ ਨਹੀਂ। ਕਿਉਂ ਨਹੀਂ ਜਾਊਂਗਾ? ਮੇਰਾ ਦਿਲ ਇੱਥੇ ਜੰਮ ਗਿਆ, ਕਿਉਂਕਿ ਜੰਮਿਆ ਕੀ ਆ, ਮੇਰਾ ਦਿਲ ਖੁਸ਼ ਆ, ਇੱਥੇ ਲੋਕ ਮੈਨੂੰ ਪਿਆਰ ਕਰਦੇ ਆ, ਸਭ ਕੁਝ ਕਰਦੇ ਆ, ਹੈ ਤਾਂ ਮੇਰੇ ਪਿਆਰ ਕਰਦੇ, ਮੈਨੂੰ ਬੱਚੇ ਵੀ ਪਿਆਰ ਕਰਦੇ ਆ, ਮੇਰੇ ਪਿੰਡ ਵਾਲੇ ਵੀ ਪਿਆਰ ਕਰਦੇ ਆ। ਉਹ ਕਹਿੰਦੇ ਬਾਪੂ ਜਿੱਦਣ ਆਇਆ ਤੇਰਾ ਅਸੀਂ ਸਵਾਗਤ ਕਰਾਂਗੇ, ਪਰ ਮੈਨੂੰ ਪਿਆਰ ਬਹੁਤ ਜ਼ਿਆਦਾ ਇੱਥੇ ਮਿਲਦਾ। ਕਦੇ ਤਾਂ ਕਿਸੇ ਦੀ ਤਾਂ ਯਾਦ ਆਉਂਦੀ ਹੋਣੀ, ਤੁਹਾਨੂੰ ਯਾਦ ਤਾਂ ਆਉਂਦੀ ਹੋਣੀ, ਚਾਹੇ ਪੋਤੇ ਦੀ ਜਾਂ ਬੇਟੇ ਦੀ ਜਾਂ ਕਿਸੇ ਦੀ ਤਾਂ ਯਾਦ ਆਉਂਦੀ। ਬਿਲਕੁਲ ਆਉਂਦੀ ਤਾਂ ਹੈਗੀ, ਹੁਣ ਕਰੀਏ ਆਉਂਦੀ, ਇਸ ਕਰਕੇ ਵੀ ਦੇਖੋ ਮੈਂ ਤਾਂ ਹੁਣ ਇੱਥੇ ਬੈਠਾ। ਫਿਰ ਮੈਂ ਉਹਨਾਂ ਨੂੰ ਕਹੀ ਜਾਂਦਾ, ਕਦੇ ਕਦੇ ਮੇਰੇ ਚਿੱਤ 'ਚ ਇਹ ਜਾਂਦਾ ਬਈ ਜੇ ਮੇਰੇ ਤੋਂ ਪਹਿਲਾਂ ਕੋਈ ਮੇਰੇ ਘਰ ਦੇ ਵਿੱਚ ਜੇ ਮਰ ਗਿਆ ਜਾਂ ਕੁਛ ਹੋ ਗਿਆ ਕੀ ਕਰੂੰਗਾ ਮੈਂ? ਫਿਰ ਮੈਂ ਕਹੂੰਗਾ ਬਈ ਮੇਰਾ ਹੇ ਸੱਚੇ ਪਾਤਸ਼ਾਹ ਤੇਰਾ ਭਾਣਾ ਮਿੱਠਾ ਲੱਗੇ, ਤੂੰ ਜਿਵੇਂ ਸਤਿ ਕਰਾਉਣਾ ਉਵੇਂ ਯਕਣੀ ਕਰਾਉਣਾ। ਪਰ ਮੇਰੀ ਤਮੰਨਾ ਇਹੀ ਆ ਬਈ ਮੈਂ ਸੰਘਰਸ਼ ਦੇ ਵਿੱਚ ਹੀ ਮਰੂੰ, ਮੇਰੀ ਕਸਮ ਖਾਧੀ ਹੋਈ ਆ ਮੇਰੇ ਮਾਲਕਾ, ਮੈਂ ਕਸਮ ਖਾਂਦਾ ਬਈ ਜਿੰਨਾ ਚਿਰ ਸਾਡਾ ਸੰਘਰਸ਼ ਸਾਡਾ ਖਤਮ ਨਹੀਂ ਹੁੰਦਾ, ਉਨਾ ਚਿਰ ਮੈਂ ਪਿੰਡ ਨਹੀਂ ਜਾਊਂਗਾ, ਉਨਾ ਚਿਰ ਮੈਂ ਆਪਦੀ ਇੱਥੇ ਸੇਵਾ ਕਰੂੰਗਾ। ਮਰ ਗਿਆ ਤਾਂ ਠੀਕ ਹੈ, ਮੈਨੂੰ ਇਹ ਲੋਕ ਆਪੇ ਸੰਭਾਲ ਲੈਣਗੇ, ਸ਼ਹੀਦ ਦੇ ਦੇਣਗੇ, ਕਰਾ ਦੇ ਦੇਣਗੇ ਜਾਂ ਕੁਛ ਵੀ ਆ, ਪਰ ਮੈਂ ਖੁਸ਼ਕਿਸਮਤ ਹੋਊਂਗਾ ਜੇ ਮੈਂ ਇੱਥੇ ਮਰੂੰ। ਪਿੰਡ ਦਿਲ ਲੱਗ ਜੂਗਾ ਤੁਹਾਡਾ? ਪਿੰਡ ਦਿਲ ਲੱਗੂਗਾ ਸਰ, ਸਾਡਾ ਮੋਰਚਾ ਖਤਮ ਹੋ ਗਿਆ, ਫਿਰ ਪੂਰਾ ਮੈਂ ਜੋਸ਼ 'ਚ ਆ ਜੂੰਗਾ। ਮੇਰੇ ਮਾਲਕ ਨੇ ਮੇਰੀ ਕਾਮਨਾ ਸੁਣ ਲਈ ਆ, ਮੇਰੇ ਬੱਚੇ ਜਿਹੜੇ ਕਬੱਡੀ ਦੇ ਖਿਡਾਰੀ ਆ ਉਹ ਮੈਨੂੰ ਸਿਰਾਂ 'ਤੇ ਚੱਕਣਗੇ, ਬਿਲਕੁਲ ਮੇਰਾ ਪੂਰਾ ਦਿਲ। ਇਹ ਮੇਰੇ ਦਿਲ ਦੇ ਵਿੱਚ ਜਿਹੜੀ ਮੇਰਾ ਜੋਸ਼ ਹੈ ਨਾ, ਮੇਰੀ ਤਾਕਤ ਹੈ, ਮੇਰਾ ਬਲਬਲਾ, ਇਹ ਮੇਰਾ ਪਿਆਰ ਮੇਰੇ ਬੱਚਿਆਂ ਦੇ ਵਿੱਚ ਤਾਕਤ ਭਰਤੀ ਉਹਨਾਂ ਨੇ। ਮੈਂ ਨਿੱਕੇ ਬੱਚਿਆਂ ਨੂੰ ਲੈ ਕੇ ਇੱਥੇ ਕਹਿੰਦਾ ਬਈ ਕੱਲ੍ਹ ਨੂੰ ਮੇਰੇ ਬੱਚੇ ਇਹ ਨਾ ਕਹਿਣ ਸਾਡੇ ਬਜ਼ੁਰਗਾਂ ਨੇ ਸਾਡੀ ਖਾਤਰ ਕੀ ਕੀਤਾ, ਸਾਡੀਆਂ ਜ਼ਮੀਨਾਂ ਵੀ ਗਿਰਵੀ ਕਰਤੀਆਂ। ਪਰਿਵਾਰ ਦੇ ਮੈਂਬਰ ਸੀਗੇ ਤੁਹਾਡੇ, ਬਜ਼ੁਰਗ ਸੀਗੇ ਜਿਹੜੇ, ਉਹ ਵੀ ਕਿਸਾਨੀ ਅੰਦੋਲਨ? ਬਿਲਕੁਲ, ਮੇਰੇ ਭਾਈ ਸੀ, 6 ਭਾਈਆਂ ਸੀ, 5 ਤਾਂ ਮੇਰੇ ਭਾਈ ਖੇਤੀ ਕਰਦੇ ਸੀ, ਉਹ ਸਾਰੇ ਇਕੱਠੇ ਅਸੀਂ ਨਾਲ ਪਿੰਡ ਦੇ ਬੰਦੇ ਨੂੰ ਹੋਰ ਇੱਕ ਦੋ ਨੂੰ ਰਲਾ ਕੇ ਜ਼ਮੀਨ ਜ਼ਿਆਦਾ ਲੈ ਲੈਂਦੇ ਸੀ ਮਾਮਲੇ ਦੇ ਉੱਤੇ, 15-15 20-20 ਏਕੜ 30-30 ਏਕੜ ਅਸੀਂ ਇਕੱਠੇ ਕਰਕੇ ਖੇਤੀ ਕਰਨੀ, ਨਰਮਾ ਬੀਜਦੇ ਹੁੰਦੇ ਸੀ ਆਪਣੇ ਕੋਲ, ਬੌੜਦਾਂ ਦੀਆਂ ਜੋੜੀਆਂ ਹੁੰਦੀਆਂ ਸੀ, ਬਹੁਤੇ ਹੁੰਦੇ ਸੀ, ਅਸੀਂ ਰਲ ਮਿਲ ਕੇ ਖੇਤੀ ਕਰਦੇ ਸੀ, ਉਹਦੇ ਨਾਲ ਸਾਡਾ ਪੂਰਾ ਗੁਜ਼ਾਰਾ ਚੱਲਦਾ। ਉਸ ਟਾਈਮ ਅਸੀਂ ਪੂਰੇ ਖੇਤੀ ਨਾਲ ਜੁੜੇ ਸੀ, ਪਰ ਮੈਂ ਤਾਂ ਸ਼ੁਰੂ ਤੋਂ ਹੀ ਬਾਹਰ ਚਲਿਆ ਗਿਆ ਸੀ, 15 ਸਾਲ ਦੀ ਉਮਰ 'ਚ ਮੈਂ ਬਾਹਰ ਚਲਿਆ ਗਿਆ ਸੀ, ਉੱਥੇ ਜਾ ਕੇ ਮਿੰਟ ਰਹੀ ਸੀ। ਮੈਨੂੰ ਲੋਕਾਂ ਦਾ ਪਿਆਰ ਜਾਣ ਨਹੀਂ ਦਿੰਦਾ, ਲੋਕਾਂ ਦਾ ਪਿਆਰ ਦੇਖੋ, ਹੁਣ ਸਾਡੇ ਕੁੰਡਲੀ ਦੇ ਮੈਨੂੰ ਇੱਥੇ ਬੈਠਿਆਂ ਨੂੰ 11 ਮਹੀਨੇ 2 ਦਿਨ ਹੋ ਗਏ ਅੱਜ, ਆਹ ਬੱਚਿਆਂ ਬੱਚੇ ਜਿੰਨੇ ਵੀ ਫੈਕਟਰੀਆਂ 'ਚ ਕੰਮ ਕਰਦੇ ਆ 4-5 ਕਿਲੋਮੀਟਰ ਤੋਂ ਲੈ ਕੇ, ਇੱਧਰ ਸਵੇਰੇ ਵੀ ਮੈਂ ਇਹਨਾਂ ਨੂੰ ਦੇਖਦਾ, ਸ਼ਾਮ ਨੂੰ ਵੀ ਮੈਂ ਇਹਨਾਂ ਨੂੰ ਦੇਖਦਾ, ਇੰਨੀਆਂ ਬੱਚਿਆਂ ਖੁਸ਼ ਹੋ ਜਾਂਦੀਆਂ, ਕਹਿੰਦੀਆਂ ਬਾਪੂ ਸਾਨੂੰ ਤਾਂ ਇੱਥੇ ਲੰਘਣਾ ਮੁਸ਼ਕਿਲ ਹੋ ਜਾਂਦਾ, ਸਾਨੂੰ ਲੁੱਟ ਲੈਂਦੇ ਸੀ, ਸਾਨੂੰ ਚਾਕੂ ਦਿਖਾ ਕੇ ਸਾਡੀ ਬੇਇੱਜ਼ਤੀ ਕਰਦੇ ਸੀ, ਪਰ ਜਿੱਦਣ ਦੇ ਤੁਸੀਂ ਇੱਥੇ ਆਏ ਹੋ ਸਾਡਾ ਆਰਾਮ ਹੋ ਗਿਆ, ਸਾਡਾ ਸਾਨੂੰ ਕੋਈ ਕਿਸਾ ਕੋਈ ਗੁੰਡਾ ਨਹੀਂ ਰੋਕਦਾ, ਸਾਨੂੰ ਕੋਈ ਕੁਛ ਨਹੀਂ ਰੋਕਦਾ, ਜਦ ਤੁਸੀਂ ਸਾਹਮਣੇ ਖੜ੍ਹੇ ਹੁੰਦੇ ਇਸ ਸੜਕ ਦੇ ਉੱਤੇ ਸਾਰੇ ਦੂਰ ਹੋ ਜਾਂਦੇ ਆ, ਫਿਰ ਆ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦ ਦਰ ਸਕਦੇ, ਆਪਦੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆ, 80% ਇਹ ਲੋਕ ਪ੍ਰਸ਼ਾਦ ਦਰ ਸਕਦੇ ਸਾਡੇ ਲੰਗਰਾਂ 'ਚੋਂ, 20% ਸਾਡੇ ਲੋਕ। ਦਿੱਕਤਾਂ ਕੀ ਸੀਗੀਆਂ ਉਹਦੇ ਵਿੱਚ? ਜਦੋਂ ਕਦੇ ਮੀਂਹ ਪੈਂਦਾ ਸੀ ਜਾਂ ਨੇਰੀ ਆਉਂਦਾ ਸੀ, ਮੈਂ ਭਿੱਜਣ ਦਾ ਭਿੱਜ ਵੀ ਜਾਂਦਾ ਸੀ, ਗਿੱਲਾ ਵੀ ਹੋ ਜਾਂਦਾ ਸੀ, ਸਭ ਕੁਛ ਹੋ ਜਾਂਦਾ, ਨੇਰੀ ਵੀ ਆਉਂਦੀ ਸੀ, ਹਵਾ ਨੇ ਚੱਕ ਕੇ ਮਾਰਿਆ, ਆਹ ਤੰਬੂ ਤੋੜਤਾ, ਆਹ ਡਿੱਗ ਪਿਆ, ਆਹ ਫਲਾਨਾ ਹੋ ਗਿਆ, ਪਾਣੀ ਇੱਧਰੋਂ ਆ ਗਿਆ, ਬੱਚੇ ਪਾਣੀਆਂ ਦੇ ਵਿੱਚ ਦੀ ਨਿਕਲ ਨਿਕਲ ਕੇ, ਗੰਦੇ ਪਾਣੀ ਦੇ ਵਿੱਚੋਂ ਦੀ ਨਿਕਲ ਨਿਕਲ ਕੇ ਉਹ ਸੇਵਾ ਕਰਦੇ ਸੀ। ਮੇਰਾ ਦਿਲ ਇਉਂ ਖੁਸ਼ ਹੁੰਦਾ ਸੀ ਬਈ ਅਸੀਂ ਲੋਕਾਂ ਨੂੰ ਇਹ ਦਿਖਾਈਏ ਵੀ ਅਸੀਂ ਇੱਥੇ ਬੈਠੇ ਹਾਂ, ਦੇਖੋ ਅਸੀਂ ਮੁਸੀਬਤਾਂ ਦੇ ਵਿੱਚ ਨਹੀਂ ਹਾਂ, ਸਾਡੇ ਤੇ ਪਰਮਾਤਮਾ ਨੇ ਜੋ ਸਾਡੇ ਤੇ ਕੀਤਾ ਉਹ ਅਸੀਂ ਉਹਦਾ ਭਾਣਾ ਮੰਨ ਕੇ ਅਸੀਂ ਕੰਮ ਕਰਦੇ ਹਾਂ। ਮੈਂ ਗਰਮੀਆਂ ਵੀ ਦੇਖੀਆਂ, ਬਰਸਾਤਾਂ ਵੀ ਦੇਖੀਆਂ, ਮੈਂ ਪਹਿਲਾਂ ਸਰਦੀ ਵੀ ਦੇਖੀ, ਅਸੀਂ ਕੋਈ ਇਹੋ ਜਿਹਾ ਕੋਈ ਮਹਿਸੂਸ ਨਹੀਂ ਕੀਤਾ ਕਿ ਜਿਹਦੇ ਨਾਲ ਸਾਡਾ ਦਿਲ ਪਿੱਛੇ ਹਟੇ, ਪਰ ਅੱਗੇ ਹੀ ਵੱਧਦਾ ਗਿਆ, ਅੱਗੇ ਹੀ ਵੱਧਦਾ ਗਿਆ, ਸੇਵਾ ਦੇ ਵਿੱਚ ਅੱਗੇ ਹੀ ਵੱਧਦਾ। ਤਿੰਨੋਂ ਕਾਨੂੰਨ ਜੋ ਗੌਰਮੈਂਟ ਨੇ ਆ ਮੋਦੀ ਨੇ ਹਮਾਰੇ ਉੱਪਰ ਥੋਪ ਦੀਏ, ਗੌਰਮੈਂਟ ਨੇ ਮਤਲਬ ਭਾਰਤ ਗੌਰ
ਕੰਧਾਂ ਨੇ ਪਾਤਸ਼ਾਹ ਸਾਡੇ ਲਈ ਕਿਲ੍ਹੇ ਬਣ ਗਏ, ਕੰਧਾਂ ਨੇ ਪਾਤਸ਼ਾਹ। ਜਦੇ ਮੈਂ ਕਹਿੰਦਾ ਨਾ, ਮੇਰਾ ਦਿਲ ਦੁੱਗਣਾ ਹੋ ਜਾਂਦਾ, ਕਿਉਂਕਿ ਅਸੀਂ ਆਪਦੇ ਇੱਥੇ ਰਿਹਾਇਸ਼ ਕਰ ਲਈ, ਸਾਰਾ ਕੁਛ ਕਰ ਲਿਆ। ਤੁਹਾਨੂੰ ਉਮੀਦ ਕੀ ਹੈ ਹੁਣ? ਦੇਖੋ ਜੀ, ਉਮੀਦ ਮੇਰੀ ਇਹੀ ਹੈ, ਇਹ ਅੜੀਅਲ ਸਰਕਾਰ ਹੈ, ਪਰ ਸਾਡਾ ਭਰਨ ਇਹ ਆ ਕਿ ਜਦ ਤੱਕ ਅਸੀਂ ਸਾਡੇ ਕਾਨੂੰਨ ਵਾਪਸ ਨਹੀਂ ਲੈਂਦਾ, ਸਾਡੀਆਂ ਮੰਗਾਂ ਨਹੀਂ ਮੰਨਦਾ, ਅਸੀਂ ਕਦੇ ਜਾਣਾ ਨਹੀਂ। ਮੈਂ ਤੁਹਾਨੂੰ ਦੱਸਦਾ, ਕਰੋਨਾ ਹੋ ਗਿਆ ਸੀ, ਪਤਾ ਨਹੀਂ ਖਨੀ ਉਹ ਕਰੋਨੇ ਨਾਲ ਮੈਂ ਹੋ ਗਿਆ ਸੀ, ਪਰ ਮੇਰਾ ਦਿਲ ਮਜ਼ਬੂਤ ਸੀ, ਮੈਂ ਉਹ ਕਰੋਨੇ ਨੂੰ ਸਮਝਿਆ ਕੁਛ ਨਹੀਂ, ਮੇਰੇ ਦਿਲ ਦੇ ਨਾਲ, ਮੇਰੇ ਦਿਲ ਦੇ ਨਾਲ ਹੀ ਮੈਂ ਕਹਿੰਦਾ ਉਹ ਕਰੋਨਾ ਮੇਰੇ ਤੋਂ ਦੂਰ ਰਿਹਾ, ਕਿਉਂ ਮੇਰਾ ਦਿਲ ਜਿਹੜੇ ਕਮਜ਼ੋਰ ਹੁੰਦਾ ਨਾ, ਉਹਦਾ ਦਿਲ ਹਾਏ ਮੈਂ ਮਰ ਗਿਆ, ਮੈਨੂੰ ਤਾਂ ਬਿਮਾਰ ਹੋ ਗਿਆ, ਜੇ ਹੋ ਗਿਆ ਵੋ ਹੋ ਗਿਆ, ਪਰ ਮੈਂ ਕਮਜ਼ੋਰ ਨਹੀਂ ਸੀਗਾ, ਮੇਰਾ ਦਿਲ ਉਦੋਂ ਵੀ ਵੱਧ ਹੋ ਗਿਆ, ਮੇਰੇ ਫੇਫੜੇ ਸੁੰਗੜਦੇ ਸੀ, ਪਰ ਮੈਂ ਫਿਰ ਵੀ ਆਪਦੇ ਜੋਸ਼ ਦੇ ਨਾਲ ਬੋਲਦਾ ਸੀ ਵੀ ਮੈਨੂੰ ਕਰੋਨੇ ਕਰਾਉਣੇ ਦਾ ਕੋਈ ਫਿਕਰ ਨਹੀਂ, ਮਰ ਜੂੰਗੇ ਤਾਂ ਕੋਈ ਪਰਵਾਹ ਨਹੀਂ, ਪਰ ਮੇਰੇ ਪਰਮਾਤਮਾ ਨੇ ਮੇਰੇ 'ਤੇ ਕਿਰਪਾ ਕੀਤੀ। ਉਹ ਦੱਸੋ ਸੰਗਤ ਕੀ ਤੁਹਾਨੂੰ ਦਿੱਕਤ ਆਈ ਜਦੋਂ ਅਸੀਂ ਚੱਲੇ ਹਾਂ ਉੱਥੋਂ? ਮਤਲਬ ਸਾਨੂੰ ਤਾਂ ਹੁਣ ਗਾਹਾਂ ਪਤਾ ਲੱਗ ਗਿਆ ਵੀ ਗਾਹਾਂ ਜਾਣ ਨਹੀਂ ਦੇਣਾ, ਅਸੀਂ ਨਾਰੇ ਮਾਰਦੇ ਤੁਰੇ ਆਏ, ਝੰਡਾ ਮੇਰੇ ਕੋਲ ਸੀਗਾ, ਜਦੋਂ ਮੈਂ ਪੰਡਾਲ ਦੀ ਜਗ੍ਹਾ 'ਚ ਆਇਆ ਦੇਖੋ ਅਥਰੂ ਵੈ ਗੈਸ ਨਾਲ ਸਾਰਾ ਭਰਿਆ ਪਿਆ ਸੀ, ਪੂਰਾ ਹੀ ਪੂਰਾ ਭਰਿਆ ਪਿਆ ਸੀ, ਅੱਜ ਜਿੱਥੇ ਹੁਣ ਸਾਡਾ ਪੰਡਾਲ ਹੈ। ਮੈਂ ਆ ਫੁੱਟਪਾਥ ਦੇ ਨਾਲ ਦੀ ਜਾ ਕੇ ਜਦੋਂ ਜਿੱਥੇ ਸਿੰਘਾਂ ਦੇ ਘੋੜੇ ਬੰਨੇ ਹੋਇਆ, ਇੱਥੇ ਉਹ ਕਿੱਕਰਾਂ ਅਜੇ ਵੀ ਖੜੀਆਂ ਪਹਾੜੀ ਕਿੱਕਰਾਂ, ਛੋਟੀਆਂ ਛੋਟੀਆਂ ਝਾੜੀਆਂ ਰਹੀਆਂ, ਉਹਨਾਂ ਦੇ ਹੇਠਾਂ ਦੀ ਜਾ ਕੇ ਮੇਰੇ ਮਗਰ ਦੋ ਲੜਕੇ ਹੋਰ ਆਉਂਦੇ ਸੀ, ਉਹਨਾਂ ਨੇ ਆਪਦੇ ਕੰਬਲ ਉਹ ਜਿੱਥੇ ਘੋੜਾ ਡਿੱਗਦਾ ਸੀ ਉਹਦੇ 'ਤੇ ਸੁੱਟ ਦਿੰਦੇ ਸੀ, ਧੂਆਂ ਨਹੀਂ ਸੀ ਨਿਕਲਣ ਦਿੰਦੇ, ਉਹ ਵੀ ਮੇਰੇ ਮਗਰ ਜਾਂਦੇ ਸੀ। ਮੈਂ ਜਾ ਕੇ ਬੈਰੀਗੇਟ ਉਹ ਜਿਹੜੇ ਪੱਥਰ ਦੇ ਬਣੇ ਹੋਏ ਆ ਏਡੇ ਏਡੇ ਖੱਟੇ ਅਤੇ ਕਾਲੇ ਰੰਗ ਦੇ, ਮੈਂ ਉਹਨਾਂ 'ਤੇ ਚੜ੍ਹ ਕੇ ਗੱਡੀ 'ਤੇ ਚਲਿਆ ਗਿਆ, ਇੱਕ ਲੰਬਾ ਚੌੜਾ ਜਵਾਨ ਉਹ ਮੈਨੂੰ ਸਾਹਮਣੇ ਦਿਸਿਆ, ਮੈਂ ਕਿਹਾ ਇਹ ਬੇਟਾ ਇਹ ਆਪ ਕੰਮ ਕਿਆ ਕਰ ਰਹੇ ਹੋ, ਉਹ ਵੀ ਹਮਾਰੇ ਬੱਚੇ, ਆਪ ਵੀ ਹਮਾਰੇ ਬੱਚੇ ਹੈ, ਇਹ ਆਪ ਕਿਸ ਕੋ ਮਾਰ ਰਹੇ ਹੈ, ਮਾਰਨਾ ਤੋਂ ਪਹਿਲੇ ਮੇਰੇ ਕੋ ਮਾਰੋ। ਬੋਲੇ ਬਾਪੂ ਇਹ ਲੀਜੀਏ ਗੋਲੇ ਬੰਦ ਕਰਤੇ, ਆਪ ਗੋਲਾ ਨਹੀਂ ਚੱਲੇਗਾ, ਆਪ ਜੋ ਆਪਕੇ ਪਿੱਛੇ ਲੋਕ ਵਾਕਿਆ ਰਹੇ ਉਨਕੋ ਪਿੱਛੇ ਚਲੇ ਜਾਏ, ਹਮਾਰਾ ਨੌਕਰੀ ਕਾ ਸਵਾਲ ਹੈ, ਇੱਜ਼ਤ ਕਾ। ਤਾਂ ਮੈਂ ਉਹਨਾਂ ਨੂੰ ਕਿਹਾ ਵੀਰੋ ਦੇਖੋ ਪਿੱਛੇ ਚਲੇ ਜਾਏ, ਉਹਨਾਂ ਨੇ ਗੋਲੇ ਬੰਦ ਕਰਤੇ, ਵਿੱਚ ਮੈਨੂੰ ਬੱਚੇ ਕਹਿਣ ਲੱਗੇ ਸ਼ਾਂਤੀ ਦੋਏ ਪਾਸੇ ਸ਼ਾਂਤੀ, ਹਾਂ ਸ਼ਾਂਤੀ ਹੋ ਗਈ, ਇਹੀ ਇਸ ਅੰਦੋਲਨ ਦੀ ਖੂਬਸੂਰਤੀ, ਬਿਲਕੁਲ ਸ਼ਾਂਤੀ ਹੋ ਗਈ, ਉਹ ਖੁਸ਼ ਹੋ ਗਏ ਬਈ ਬਾਪੂ ਅਜੇ ਵੀ ਮੰਨ ਰਿਹਾ, ਕਹਿੰਦੇ ਦੇਖੋ ਇੱਕ ਬਾਪੂ ਦੇ ਅੱਖ 'ਤੇ ਗੋਲੀ ਲੱਗੀ ਸੀ, ਇੱਕ ਗੋਲਿਆਂ ਤਾਂ ਨਹੀਂ ਡਰਿਆ, ਉਹ ਵੀ ਅਜੇ ਮੂਹਰੇ ਹੋ ਕੇ ਮਤਲਬ ਆਉਂਦੇ ਆ, ਧਾਨਾ ਉਹ ਇੱਥੇ ਪੁਲਿਸ ਵਾਲੇ ਮਿਲਟਰੀ ਵਾਲੇ ਸਾਰੇ ਇੱਥੇ ਮੁੰਡੇ ਜਦ ਜਾਂਦੇ ਆ ਨਾ, ਉਹਨਾਂ ਨੂੰ ਦੱਸਦੇ ਆ ਵੀ ਉਹ ਬੁੜਿਆਂ ਨੇ ਐਡੀ ਕਮਾਲ ਕੀਤੀ ਆ, ਮਰਨੋਂ ਨਹੀਂ ਡਰੇ।